ਨਮਸਕਾਰ ਦੌਰੀ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਮੈਂ ਰਾਜਨ ਬਡੇয়াল ਤੇ ਪੇਸ਼ ਨੇ ਇਸ ਵੇਲੇ ਦੀਆਂ ਖਬਰਾਂ ਅਰਜੋਰੀ ਦੇ ਸੁੰਦਰਬਨ ਇਲਾਕੇ ਚ ਅੱਜ ਸੁਰੱਖਿਆ ਬਲਾਂ ਤੇ ਆਤੰਕਪਤੀਆਂ ਦੇ ਵਿਸ਼ਕਾਰ ਮੁਥਵੇੜ ਹੋਈ ਜਿਸ ਚਤਰਾਉ ਆਤੰਕਵਾਦੀਆਂ ਕੀ ਮਾਰੀ ਮਕਾਇਆ ਗਿਆ ਅੱਜ ਬੜ ਲੈ ਕਿਸ ਬੰਦੂਕਦਾਰੀਆਂ ਕੀ ਸੁੰਦਰਬਨ ਚ ਬੀਐਸਐਫ ਤੇ ਸੀਆਰਪੀਐਫ ਕੈਂਪ ਤੇ ਲਾਗੇ ਨਕਲੋ ਹਰਕਤ ਕਰਦੇ ਦਿਖਿਆ ਗਿਆ ਜਿਸ ਚ ਘੇਰੇ ਚ ਲਈ ਹੈ ਰਵਾਰੀ ਤਾਲਾ ਸਦਾ ਦੇ 18 ਉੱਪਰ ਮੁਥਵੇੜ ਰੰਬੋਈ ਗਈ ਸੁਰੱਖਿਆ ਬਲਾਂ ਪਿਛਲੇ ਤਰਾਉ ਚਾਰ ਦਿਨੇ ਥਮਾ ਇਸ ਖੇਤਰ ਚ ਅਤਨਕਵਾਦੀ ਦੀ ਮੌਜੂਦਗੀ ਦੀ ਸੂਥਵਾ ਕਰਦੀ ਹੀ ਤੇ ਜਿੱਥੇ ਪਰਸੋਂ ਸੰਜਾ ਵੇਲੇ ਤਪਾਸ਼ੀ ਅਭਿਆਨ ਵੀ ਸ਼ੁਰੂ ਹੋਇਆ ਗਿਆ ਹਾ ਇੱਕ ਸਰਕਾਰੀ ਬੁਲਵਕਤ ਨੇ ਜਾਣਕਾਰੀ ਦਿੱਤੀ ਇਹ ਜੇ ਤਾਲਾ ਖੇਤਰ ਚ ਸੁਰੱਖਿਆ ਬਲ ਨੇ ਗੋਲੀ ਬਾਰੂਦ ਦੇ ਪ੍ਰੋਚ ਦੇ ਤਰਾ ਬੈਗ ਵੀ ਬਰਾਮਦ ਕੀਤੇ ਨੇ ਸਰਕਾਰ ਨੇ ਸੁੰਦਰਬਨੀ ਇਲਾਕੇ ਚ ਸੱਭਿਆ ਸਿੱਖਿਆ ਸੰਸਥਾਨ ਇਤਿਹਾਦ ਦੇ ਤੌਰ ਪਾਬੰਦ ਕਰਨ ਦੇ ਹੁਕਮ ਦਿੱਤੇ ਨੇ ਸੁੰਦਰਬਨੀ ਖੇਤਰ ਚ ਇੱਕ ਹੋਰ ਟੱਕਰੇ ਜਿਹੜਾ ਅਲੀ ਚਲਾਰਦਾ ਹਾ ਉੱਥੇ ਦੂਈ ਔਰ ਇੱਕ ਔਰ ਥਾਰਾ ਉਪਰ ਕੇਂਦਰੀ ਵਿਦਿਆਲੇ ਚ ਵਿਦਿਆਰਥੀ CBSE ਦੀ ਇਮਤਿਹਾਨ ਦਿਆ ਕਰਦੇ ਹੈ ਵਿਦਿਆਰਥੀਏ ਟੱਕਰੇ ਵਾਲੀ ਥਾਰਾ ਦੇ ਦੌਰਾਨ ਆਪਣਾ ਪਰਚਾ ਵੀ ਦਿੱਤਾ ਤੇ ਇੰਦੀ ਹਿੰਮਤ ਦੀ ਮਿਸਾਲ ਦਿਖਦੇ ਗਲਬਦੀ ਹੀ پاکستان طرفا ਅਜਪੁਨਸ ਦੇ ਖੜਾ ਕਰਮਾਂਡਾ ਇਲਾਕੇ 'ਚ ਗੋਲੀਬਾਰੀ ਕੀਤੀ ਗਈ ਇਸ ਗੋਲੀਬਾਰੀ 'ਚ 10 ਦਿਨ ਤੇ ਅੰਤਰਾਲ ਦੇ ਬਾਅਦ ਇਹ ਗੋਲੀਬਾਰੀ ਭਰਤੀ ਹੋਈ ਹੈ ਜਿਹੜੀ